ਸਤਿ ਸ਼੍ਰੀ ਅਕਾਲ ਜੀ। ਸਾਡੀ ਵੀਡੀਓ ਬਹੁਤ ਸੋਹਣੀ ਆ, ਵਿੱਚ ਇਮੋਸ਼ਨਲ ਸੀਨ ਆ, ਵਿੱਚ ਹਾਸੀ ਵਾਲੇ ਸੀਨ, ਫਨੀ ਸੀਨ ਵੀ ਹੈਗੇ ਆ। ਇਹਨੂੰ ਵਿੱਚ ਵਿਚਾਲੇ ਕੀ ਨਹੀਂ ਕਰਨਾ ਪ੍ਰੀਤ? ਸਕਿਪ। ਹਾਂਜੀ, ਨਹੀਂ ਕਰਨਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਸਤਿ ਸ਼੍ਰੀ ਅਕਾਲ। ਆ ਜਾ ਗਗਨ, ਲਿਆ ਚਾਹ ਯਾਰ। ਲਿਆਉਣੀ ਆ, ਲਿਆਉਣੀ ਆ, ਆ ਲੈ ਫੜ ਪੀਓ ਚਾਹ। ਔਰ ਅੱਜ ਮੈਂ ਆੜਤੀਆਂ ਦੀ ਵੀ ਜਾ ਕੇ ਆਉਣਾ। ਚਲੋ ਤਾਂ ਤੁਸੀਂ ਜਾ ਕੇ ਆਉਣਾ, ਨਾਲੇ ਨਾ ਕਾਲੇ ਨੂੰ ਪੈਸਿਆਂ ਦੀ ਲੋੜ ਸੀ ਥੋੜੀ ਜਿਹੀ। ਉਹ ਕਹਿੰਦਾ ਭਾਬੀ 10,000 ਰੁਪਇਆ ਹੋਰ ਦੇ ਦੇ ਬਾਈ ਤੋਂ ਲੈ ਕੇ। ਗਗਨ, ਕੱਲ ਪਰਸੋਂ ਤੁਹਾਨੂੰ ਪੈਸੇ ਦੇ ਕੇ ਹਟਿਆ ਯਾਰ, ਕਿਉਂ ਸਿਰ ਚੜਾ ਹਟਿਆ ਮੈਂ? ਲੈ ਯਾਰ, ਤੁਸੀਂ ਤਾਂ ਐਂ ਕਹਿਣ ਲੱਗੇ ਉਹਨੂੰ ਸਿਰ ਚੜਾ ਲੈ। 10-5-7 ਜਵਾਕ ਆਪਣੇ ਕੱਲਾ ਹੈਗਾ ਮੁੰਡਾ, ਜੇ ਮੇਰੇ ਕੋਈ ਆਪਦਾ ਜਵਾਕ ਹੁੰਦਾ ਤਾਂ ਸੋਹਣੂ ਨਾ ਮੈਂ ਪੈਸੇ ਦਿੰਦੀ। ਓਏ ਸੰਗੇ ਮਿੱਟੀ, ਤੂੰ ਚੱਕ ਛੱਡੀ ਆ ਬਿਨਾਂ ਗੱਲ ਤੋਂ, ਨਾਲੇ ਉਹਨੂੰ ਚਮੜਾਈ ਜਾਨੀ ਆ। ਉਹਦਾ ਵਿਆਹ ਹੋ ਗਿਆ, ਹੁਣ ਆਪਦਾ ਆਪੇ ਕੋਈ ਆਪਦਾ ਕੰਮ ਧੰਦੇ ਲੱਗੇ। ਵਿਆਹ ਤਾਂ ਹੋ ਗਿਆ, ਹਜੇ ਜ਼ਮੀਨ 'ਚ ਵੀ ਉਹਦਾ ਪੂਰਾ ਹਿੱਸਾ, ਉਹ ਕਿਹੜਾ ਹੱਕਦਾਰ ਨਹੀਂ ਇਸ ਘਰ ਦਾ? ਫੇਰ ਕਿਉਂ ਗਏ 10,000 ਰੁਪਏ ਖਰਚ ਲੂਗਾ? ਉਹੀ ਬੋਲਣ ਲੱਗੇ ਉਹਨੇ। ਉਹ ਛੋਟੇ ਭਾਲੇ ਦਾ 10,000 ਤੂੰ ਇੱਥੇ ਚੱਕ ਕੇ ਜੀਬ ਤਾਲੂ ਇਹਨਾਂ ਮਾਰਨੀ ਆ ਯਾਰ। ਚਲ ਕੋਈ ਨਾ, ਚਾਹ ਪੀ ਕੇ ਨਾ ਆੜਤੀਆਂ ਦੇ ਜਾਇਓ, ਨਾਲੇ ਸਾਰਾ ਸੌਦਾ ਪਵਾ ਲਿਓ, ਥੋੜਾ ਜਿਹਾ ਰਹਿ ਗਿਆ। ਆਹੋ ਸੌਦਾ ਦਾ ਪਵਾਈ ਖੜਾ, ਕੋ 10-10 ਹਜ਼ਾਰ ਐਂ ਡਾਊਨ ਲੱਗ ਗਏ ਤੁਸੀਂ, ਸੌਦਾ ਦਾ ਪਵਾਈ ਖੜਾ ਬਸ। ਨਵਾਂ ਨਵਾਂ ਵਿਆਹ ਹੈ, ਜਵਾਕ ਦੇ 100-4 ਮਾਣ ਹੁੰਦੇ ਆ, ਫਿਰ ਕੀ ਹੁੰਦਾ? ਉਹ ਕਹੂਗਾ ਦੇਖ ਲੈ ਭਾਬੀ ਤੋਂ ਜੇ ਮੈਂ ਪੈਸੇ ਮੰਗ ਲਏ, ਐਂ ਕਰਨ ਲੱਗ ਜਾਂਦੇ ਹੁੰਦੇ ਆ, ਆਪਣਾ ਹੱਕ ਬਣਦਾ ਉਹਨੂੰ ਪੈਸੇ ਤੇ। ਉਹਨੂੰ ਕੰਮ ਦਾ ਵੀ ਕਹਿ ਦਿਆ ਕਰ। ਕੋਈ ਨਾ, ਸਾਰੀ ਉਮਰ ਹੀ ਪੀਆ, ਕੰਮ ਕਰ ਲੂਗਾ ਜਵਾਕ। ਮੈਂ ਤਾਂ ਚਾਹ ਪਰੇ ਜਾ ਕੇ ਪੀ ਲੈਣੀ ਆ, ਮੂਡ ਹੀ ਖਰਾਬ ਕਰਤਾ। ਮੈਂ ਵੀ ਜਾਣਾ, ਭੱਗ ਜਾਓ ਯਾਰ। ਵੀਰ, ਚਾਹ ਨੂੰ ਕਹਿ ਦੇਣਾ ਭਾਬੀ ਨੂੰ, ਕਿੰਨਾ ਟਾਈਮ ਹੋ ਗਿਆ, ਮਾਰੀ ਬੋਲੋ ਨੂੰ। ਦੀਦੀ, ਚਾਹ ਲੈ ਕੇ ਆਇਓ। ਬੜਾ ਟਾਈਮ ਲਾ ਆਉਂਦੀ ਆ, ਮੈਂ ਬਣਾਉਂਦੀ ਹੋਣੀ। ਤਾਂ ਜਦੋਂ ਕੰਮ ਕਹਿੰਦੀ ਸੀ ਕੋਈ, ਮੈਂ ਤੁਹਾਨੂੰ ਇਹ ਕਹਿਣਾ ਸੀਗਾ ਵੀ ਤੁਸੀਂ ਸ਼ਹਿਰ ਨਿੱਤ ਕਹਿ ਦਿੰਦੇ ਹੋ, ਦੇਖੋ ਮੇਰੇ ਵਾਲ ਕਿਵੇਂ ਡੈਮੇਜ ਹੋਏ ਪਏ ਨੇ। ਮੈਂ ਡੇਲੀ ਕਹਿੰਦੀ ਆ ਕੈਰਾਟਿਨ ਕਰਾਉਣੀ, ਕਮ ਸੇ ਕਮ ਸਫਾਈ ਕਰਾ ਲਿਓ। ਚਲ ਕੋਈ ਨਾ, ਤੁਸੀਂ ਤੁਸੀਂ ਇੱਕ ਵਾਰ ਭਾਬੀ ਨੂੰ ਪੈਸਿਆਂ ਨੂੰ ਕਹਿ ਕੇ ਦੇਖ ਲਓ, ਉਹਨੇ ਕਿਹੜਾ ਤੁਹਾਨੂੰ ਮਨਾ ਕਰਨਾ। ਉਹ ਮਨਾ ਤਾਂ ਨਹੀਂ ਕਰਨਾ, ਭਰਾ ਗੁੱਸਾ ਕਰਦਾ ਵੀ ਸਾਰਾ ਦਿਨ ਇਹੀ ਪੈਸੇ ਮੰਗੀ ਜਾਂਦਾ ਰਹਿੰਦਾ। ਕਿੱਡੀ ਕੁ ਗੱਲ ਹੈ 4-5 ਹਜ਼ਾਰ ਰੁਪਏ ਦੀ, ਇੰਨਾ ਵੀ ਨਹੀਂ ਕਰ ਸਕਦੇ? ਉਹ ਐਂ ਤਾਂ ਹੈਗਾ ਹੁਣ। ਚਲ ਕੋਈ ਨਾ, ਫਿਰ ਵੀ ਹੁਣ ਪਤਾ ਕੀ ਹੈ, ਇਕੱਠ ਚਾਹੀ ਹੁੰਦਾ ਕੰਮ, ਜਦੋਂ ਪੈਸੇ ਮੰਗਦੇ ਪਰ ਸ਼ਰੀਕ ਆਇਆ ਹੋ ਜਾਂਦਾ। ਇਹ ਗੱਲ ਨਹੀਂ ਹੁੰਦੀ ਕਿ ਤੁਸੀਂ ਬਸ ਮੇਰੇ ਸ਼ੌਂਕ ਵੀ ਨਹੀਂ ਪੂਰੇ ਕਰ ਸਕਦੇ। ਚਲ ਕੋਈ ਨਾ, ਮੈਂ ਕਹੂੰ ਭਾਬੀ, ਆ ਗਈ ਭਾਬੀ, ਚਲ ਚਾਹ ਪੀ ਲੈ। ਕੋਈ ਨਾ, ਕੀ ਕਹੀ ਜਾਂਦੇ ਹੋ? ਭਾਬੀ ਕੁਛ ਨਹੀਂ, ਇਹਦੇ ਨਾਲ ਥੋੜੇ ਜਿਹੇ ਵਾਲ ਜਿਹੇ ਖਰਾਬ ਹੋ ਗਏ ਸੀ। ਅੱਛਾ ਅੱਛਾ। ਤੇ ਜਦੋਂ ਸਪਾ ਕਰਾਉਣੀ ਸੀ ਤੇ ਯਾਰ ਕੈਰਾਟਿਨ ਦੇ ਲੋਟ ਜਿਹੇ ਹੋ ਜਾਂਦੇ ਫਿਰ। ਚਲ ਕੋਈ ਗੱਲ ਨਹੀਂ, ਕਰਾ ਲਿਓ, ਐਂ ਕਰੋ ਅੱਜ ਤਾਂ ਤੇਰਾ ਵੀਰਾ ਗਿਆ ਮੰਡੀ, ਨਾਲੇ ਤੋਂ ਸੌਦਾ ਪੱਤਾ ਲੈ ਕੇ ਆਊਗਾ, ਨਾਲੇ ਆੜਤੋਂ ਦੇ ਪੈਸੇ ਫੜ ਲਿਓ, ਅੱਜ ਦੇ ਅਨੁਸਾਰ ਲਾ, ਕੱਲ ਨੂੰ ਦੇ ਦੂੰਗੀ ਤੈਨੂੰ 10,000 ਰੁਪਏ ਮੈਂ। ਚੱਲ ਹੈ ਕਰੀ ਭਾਬੀ, ਫਿਰ ਦੇ ਦੀ ਗੱਲ ਨੂੰ ਚੰਗਾ, ਕੱਲ ਨੂੰ ਦੇ ਦੂੰਗੀ। ਦੱਸ ਉਹਨੇ ਕਿੰਨਾ ਸਰ ਜੂਗਾ? ਹਾਂ ਸਰ ਤਾਂ ਜਾਊਗਾ, ਕਿਉਂਕਿ ਤੈਨੂੰ ਪਤਾ ਫਿਰ ਤੇਰਾ ਬਾਈ ਸਮਝਾਉਣ ਲੱਗ ਜਾਂਦਾ ਵੀ ਕਬੀਲਦਾਰੀ ਉਹ ਵੋ, ਹੁਣ ਤੈਨੂੰ ਵੀ ਪਤਾ, ਹੁਣ ਤਾਂ ਆਪਾਂ ਬਰੋਬਰ ਦੇ ਹੋਗੇ, ਪਰ ਹਜੇ ਤੁਹਾਡੀ ਨਵੀਂ ਨਵੀਂ ਉਮਰ ਆ, ਮੈਂ ਤੁਹਾਨੂੰ ਐਂ ਨਹੀਂ ਕਹਿੰਦੀ ਵੀ ਖਰਚਾ ਨਾ ਕਰੋ। ਚੱਲ ਕੋਈ ਨਾ ਭਾਬੀ, ਫਿਰ ਹੁਣ ਇਹਦੇ ਬਾਲਾਂ ਤਾਂ ਕਰਾਉਣੇ ਪੂਣਾ ਆਪਾਂ। ਹਾਂ ਹਾਂ, ਉਹ ਤਾਂ ਕੋਈ ਗੱਲ ਨਹੀਂ, ਕਰਵਾਉਣਾ ਹੀ। ਪੁੱਛਾਂਗਾ, ਚਾਹ ਪੀ ਲਓ, ਮੈਂ ਰੋਟੀ ਬਣਾਉਣੀ ਆ ਉਹਨੇ। ਚੱਲ ਠੀਕ ਆ, ਚੰਗਾ ਭਾਬੀ। ਮੈਂ ਤੁਹਾਨੂੰ ਕਹਿੰਦੀ ਸੀ ਨਾ ਭਾਬੀ ਨੇ ਕੁਝ ਨਹੀਂ ਕਹਿਣਾ, ਤੁਸੀਂ ਤਾਂ ਉਹੀ ਕਰਦੇ ਰਹੇ। ਚੱਲ ਭਾਬੀ ਤਾਂ ਕੁਝ ਨਹੀਂ ਕਹਿੰਦੇ, ਇਹ ਵੀਰਾ ਥੋੜਾ ਜਿਹਾ ਗੁੱਸਾ ਕਰਦਾ, ਕਹਿੰਦਾ ਵੀ ਇਹ ਛੋਟਾ ਇੰਨੇ ਖਰਚੇ ਕਰਦਾ। ਉਹਨਾਂ ਨੂੰ ਕੀ ਪਤਾ ਆ ਫੈਸ਼ਨ ਦਾ। ਚੱਲ ਕੋਈ ਨਾ, ਕਰਾ ਲਿਓ ਕੋਈ ਨਾ, ਤੂੰ ਚਾਹ ਪੀ ਲੈ ਨਾ। ਸਾਰੇ ਨਿਬੜ ਗਏ ਵੀ, 10-12 ਵੱਜ ਗਏ, ਹਜੇ ਤੱਕ ਆਏ ਨਹੀਂ। ਇਹ ਵੀ ਮੁੰਡਾ ਆ ਪਤਾ ਨਹੀਂ ਕਿੱਧਰ ਨੂੰ ਵੱਗ ਗਿਆ। ਪ੍ਰੀਤਾ! ਹਾਂਜੀ। ਉਰੇ ਆ। ਆਈ। ਕਿੱਧਰ ਨੂੰ ਵੱਗ ਗਿਆ ਕਾਲਾ? ਪਤਾ ਨਹੀਂ ਦੀਦੀ ਕਿੱਧਰ ਗਿਆ, ਇੱਥੇ ਹੀ ਹੋਣੇ। ਹਾਂ ਹਾਂ, ਉਹ ਤਾਂ ਚੱਲ ਗੇੜਾ ਦੇ ਕੇ ਆ ਹੀ ਜਾਊਗਾ, ਮੈਨੂੰ ਐਂ ਸੀ ਘੁੱਟ ਚਾਹ ਦੀ ਕਰ ਲੈਂਦੇ, ਫਿਰ ਮੈਨੂੰ ਐਂ ਸੀ ਚੱਲ ਤੇਰਾ ਬਾਈ ਕਿਹੜੇ ਵੇਲੇ ਦਾ ਮੰਡੀ ਗਿਆ ਗਾ, ਉਹ ਵੀ ਉੱਥੇ ਜਾ ਕੇ ਬਹਿ ਗਿਆ, ਹਜੇ ਤੱਕ ਨਹੀਂ ਆਇਆ। ਦੀਦੀ ਬੀਜੀ ਐਂ ਕਾਹਤੋਂ ਕਰਦੇ ਰਹਿੰਦੇ ਨੇ ਵੀ ਹਰੇਕ ਚੀਜ਼ ਨੂੰ ਰੋਕਣਾ ਟੋਕਣਾ। ਅੱਛਾ ਅੱਛਾ, ਵੀ ਮਤਲਬ ਅੱਧ ਦਾ ਹਿੱਸਾ ਸਾਡਾ ਵੀ ਐਂ ਥੋੜਾ ਕਰਨਾ ਚਾਹੀਦਾ, ਵੀ ਐਂ ਕਿਉਂ ਕਰਦੇ ਨੇ ਹਰੇਕ ਗੱਲ 'ਚ ਇੰਟਰਫੇਅਰ। ਉਹ ਤਾਂ ਭੈਣੇ ਉਹਦਾ ਪਹਿਲਾਂ ਤੂੰ ਐਂ ਸੁਭਾਗ ਆ, ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਸੀ ਨਾ ਕਾਲਾ, ਉਦੋਂ ਪੜ੍ਹਦਾ ਹੁੰਦਾ ਸੀ, ਜੇ ਕਿਤੇ ਉਹ ਮੈਥੋਂ ਪੈਸੇ ਮੰਗ ਲੈਂਦਾ ਸੀ 100-200 ਵੀ, ਭਾਬੀ ਕਾਲਜ 'ਚ ਮੈਨੂੰ ਆਹ ਚੀਜ਼ ਚਾਹੀਦੀ ਆ, ਆਹ ਚੀਜ਼ ਚਾਹੀਦੀ ਆ, ਉਦੋਂ ਵੀ ਉਹਨੇ ਮੈਨੂੰ ਬੋਲਣਾ ਸੀ ਵੀ ਬਾਪੂ ਬੇਬੇ ਹੈ ਨਹੀਂ, ਇਹਨੂੰ ਸਿਰ 'ਤੇ ਨਾ ਚੜਾ, ਇਹਨੂੰ ਚਮਲਾ ਆਉਣਾ, ਨਾ ਤਾਂ ਵਿਚਾਰਾ ਕੋਈ ਨਸ਼ੇ ਪੱਤੇ 'ਚ ਪਿਆ ਵੀ, ਪਰ ਚੱਲ ਖਾਣਾ ਪੀਣਾ ਤਾਂ ਜਵਾਕ ਨੇ ਹੁੰਦਾ ਹੀ ਹੈਗਾ। ਐਂ ਥੋੜੋ ਨਾ ਹੁੰਦਾ, ਨਵਾਂ ਨਵਾਂ ਵਿਆਹ ਹੋਇਆ, ਸਾਡਾ ਵੀ ਤਾਂ ਕੋਈ ਸ਼ੌਂਕ ਨੇ, ਐਵੇਂ ਕਰਦੇ ਰਹਿੰਦੇ ਨੇ ਹਰੇਕ ਗੱਲ 'ਤੇ ਰੋਕਣਾ ਟੋਕਣਾ, ਮੈਨੂੰ ਨਹੀਂ ਚੰਗਾ ਲੱਗਦਾ। ਚੱਲ ਕੋਈ ਗੱਲ ਨਹੀਂ, ਮੈਂ ਨਾ ਤੇਰੇ ਵੀਰਜਿਆਂ ਨੂੰ ਕਹਿ ਦੂੰਗੀ ਸ਼ਾਮ ਨੂੰ ਵੀ ਐਵੇਂ ਤੂੰ ਇੰਨਾ ਨਾ ਕੁਛ ਬੋਲਿਆ ਕਰ, ਮੈਂ ਉਹਨੂੰ ਕਹਿੰਦੀ ਰਹਿੰਦੀ ਹਾਂ, ਸਾਰਾ ਦਿਨ ਲੜਦੀ ਰਹਿੰਦੀ ਹਾਂ, ਕੀ ਪਤਾ ਉਹਦੇ ਦਿਮਾਗ 'ਚ ਕੀ ਗੱਲ ਆ, ਜਿਹੜਾ ਸਾਰੇ ਟੱਬਰ ਨੂੰ ਉਹ ਟੋਕਦੇ ਹੀ ਰਹਿੰਦਾ ਸਾਰਾ ਦਿਨ ਖਰਚੇ ਤੋਂ, ਵੀ ਤੂੰ ਇਕੱਲੇ ਹੀ ਦੱਸ ਘਰ ਜੋੜਦਾ ਵੀ ਅਸੀਂ ਤੇਰੇ ਨਾਲ ਹੀ ਹਾਂ। ਐਂ ਥੋੜੋ ਨਾ ਹੁੰਦਾ, ਜੇ ਵੀ ਉਹ ਬੋਲਦਾ ਨਹੀਂ ਹੈਗਾ ਵੀ ਜੋ ਵੀ ਉਹ ਬੋਲੀ ਜਾਣਗੇ। ਕੋਈ ਨਾ ਤੂੰ ਨਾ ਗੁੱਸਾ ਕਰ, ਇਹਨਾਂ ਦੋਨੇ ਭਰਾਵਾਂ ਦਾ ਕੁਛ ਨਹੀਂ ਬਣਦਾਗਾ। ਚੱਲ ਮੈਂ ਘੁੱਟ ਚਾਹ ਦੀ ਕਰ ਲੈਂਦੀ ਹਾਂ, ਆਉਂਦੇ ਹੋਊਗਾ ਤੇਰਾ ਬਾਈ ਵੀ ਕਿਤੇ। ਹੈਲੋ। ਹਾਂ ਹਾਂ ਕੋਈ ਗੱਲ ਨਹੀਂ ਬਾਈ, ਮੈਂ ਮਾਰਨਾ ਸੀ ਗੇੜਾ। ਚੱਲ ਕੋਈ ਗੱਲ ਨਹੀਂ, ਇੱਕ ਦੋ ਦਿਨਾਂ ਤੱਕ ਬਾਅਦ 'ਚ ਠਹਿਰ ਕੇ ਆ ਜੂੰ ਯਾਰ। ਚੱਲ ਗੁੱਸਾ ਨਾ ਕਰੀ ਬਾਈ, ਮੈਂ ਆਊਂਗਾ, ਚੰਗਾ।
ਚੱਲ ਕੋਈ ਨਹੀਂ ਫਿਰ ਹੁਣ ਮੁੰਡੇ ਮੁੰਡੇ ਜਾਣਾ ਪੈਂਦਾ ਜਦੋਂ ਆਪ ਆਉਂਦਾ ਅਗਲਾ ਕਿਤੇ ਖੇਤ ਕਿਹੜਾ ਮਾਰਿਆ ਖੇਤ ਕਿਹੜਾ ਬਈ ਹੁਣ ਤੂੰ ਹੈ ਤਾਂ ਹੈਗਾ ਯਾਰ ਇੰਨਾ ਕਿੰਨਾ ਕੰਮ ਆਪਣੇ ਸਾਰਾ ਦਿਨ ਕੰਧ ਨਾ ਇੱਥੇ ਹੀ ਲੱਗਿਆ ਰਹਿਣਾ ਫੋਨ ਤੇ ਉਹ ਚੱਲ ਕੋਈ ਨਾ ਬਾਈ ਫਿਰ ਹੁਣ ਜੇ ਫੋਨ ਨਹੀਂ ਲਾਵਾਂਗੇ ਹੁਣ ਯਾਰਾਂ ਦੋਸਤਾਂ ਫਿਰ ਉਹ ਗੁੱਸਾ ਕਰਦੇ ਆ ਉਹ ਗੁੱਸਾ ਤਾਂ ਕਰਦੇ ਆ ਹੁਣ ਤੈਨੂੰ ਆਈ ਨਹੀਂ ਕਿ ਕੰਮ ਧੰਦਾ ਵੀ ਕਰ ਲਿਆ ਕਰ ਬਾਈ ਕੰਮ ਧੰਦਾ ਕੋਈ ਨਹੀਂ ਬਾਈ ਜਦੋਂ ਹੈਗਾ ਮੇਰਾ ਵੱਡਾ ਭਰਾ ਕੰਮ ਨੂੰ ਵੱਡੇ ਭਰਾ ਨੂੰ ਦੇ ਦੇ ਫਾਹਾ ਕੋਈ ਨਹੀਂ ਆ ਲੱਕੀ ਲਿਆ ਸ਼ਾਹ ਗੁੜ ਲਿਆ ਹੋਰ ਇਹ ਚ ਕੀ ਲਿਆ ਮੈਂ ਉਸ ਚੱਲ ਵਧੀਆ ਕੀਤਾ ਨਹੀਂ ਫਿਰ ਮੈਨੂੰ ਲਿਆਉਣਾ ਪੈਂਦਾ ਐਵੇਂ ਨਾ ਨਾ ਤੈਨੂੰ ਕੀ ਲੋੜ ਆ ਲਿਆਉਣ ਦੀ ਚੱਲ ਕੋਈ ਨਾ ਬਾਈ ਕਰਾ ਕੇ ਵਿਆਹ ਤੂੰ ਤਾਂ ਸਾਰਾ ਦਿਨ ਬਿੱਟਾਂ ਤੇ ਬੈਠਾ ਰਿਹਾ ਕਰ ਮੂੰਹ ਹੀ ਲੜਨ ਲੱਗ ਜਾਏ ਮੂੰਹ ਹੀ ਕਿਉਂ ਲੜਨ ਲੱਗ ਜਾਏ ਨਾ ਆ ਜਾ ਬਾਈ ਲਿਆ ਆ ਬਈ ਖਰਚਾ ਸੌਦਾ ਕਰੇ ਮੈਂ ਕੋਈ ਤਰਿਆ ਦੇਖ ਲੈ ਬਾਬੀ ਨਾ ਤਾਂ ਐਂ ਦੇਖਦਾ ਵੀ ਕਿਤੇ ਬੰਦਾ ਕੋਈ ਰਾਹ 'ਚ ਖੜਾ ਹੈ ਮੈਂ ਉੱਥੇ ਮੜਾ ਫੋਨ ਤੇ ਗੱਲ ਕਰੀ ਨਾ ਮੁੰਡੇ ਨਾਲ ਅੱਛਾ ਮੈਨੂੰ ਉੱਥੇ ਹੀ ਲੱਗ ਗਿਆ ਕਰਨ ਕਹਿੰਦਾ ਕਿਹਦਾ ਫੋਨ ਆਉਂ ਸਾਰਾ ਦਿਨ ਫੋਨ ਤੇ ਲੱਗਿਆ ਰਹਿਣਾ ਖੇਤ ਕਿਹੜਾ ਮਾਰ ਲਿਆ ਕਰਾਂ ਕਰ ਲਿਆ ਕਰ ਇਹਨੂੰ ਮਾੜਾ ਮੋਟਾ ਕਹਿ ਭਾਬੀ ਕੋਈ ਨਾ ਮੈਂ ਕਹਿੰਦੀ ਹਾਂ ਜੇ ਕੋਈ ਸੁਣ ਲੈ ਕਿ ਨਹੀਂ ਬੇਇੱਜ਼ਤੀ ਵਾਲੀ ਗੱਲ ਹੋਰ ਬੇਇੱਜ਼ਤੀ ਵਾਲੀ ਗੱਲ ਤਾਂ ਹੈ ਕੀ ਹੋ ਗਿਆ ਬੈਠੋ ਪਹਿਲਾਂ ਤੁਸੀਂ ਕੀ ਹੋਣਾ ਸੀ ਹਾਂ ਤੁਸੀਂ ਜਵਾਕ ਨੂੰ ਰਾਹ 'ਚ ਹੀ ਟੋਕਣ ਲੱਗੇ ਪੂਰਾ ਸ਼ਰਮ ਸ਼ੁਰਮ ਮੰਨ ਲਿਆ ਕਰਦਾ ਸੀ ਲੋਕ ਦੇਖਣਗੇ ਤਾਂ ਕੀ ਕਹਿਣਗੇ ਵੀ ਆਪਦੇ ਛੋਟੇ ਭਰਾ ਨੂੰ ਇਹ ਐਂ ਬੋਲਦਾ ਗਾ ਬੇਇੱਜ਼ਤੀ ਕਰਤੀ ਅਗਲਾ ਫੋਨ ਤੇ ਲੱਗੇ ਖੜਾ ਸੀ ਮੂਹਰੋਂ 100 ਮੁੰਡੇ ਪੜੇ ਲਿਖੇ ਇਹਦੇ ਮਜ਼ਾਕ ਉਡਾਉਣਗੇ ਵੀ ਤੇਰਾ ਭਰਾ ਕਿਵੇਂ ਬੋਲਦਾ ਕੰਮ ਕਰ ਲਿਆ ਕਰ ਉਹ ਰਾਹ 'ਚ ਮੈਂ ਤਾਂ ਗੋਲਾ ਮਾਰਤਾ ਗੋਲਾ ਨਹੀਂ ਮਾਰਤਾ ਇਹਨੂੰ ਕੰਮ ਦਾ ਆਖਿਆ ਹੈਗਾ ਕੰਮ ਨੂੰ ਤੁਸੀਂ ਸਾਰਾ ਦਿਨ ਹੀ ਕਹਿੰਦੇ ਰਹਿੰਦੇ ਜਿਹੜਾ ਫੋਨ 'ਚ ਮੁੰਡਾ ਸੁਣਦਾ ਉਹ ਕੀ ਕਹੂਗਾ ਵੀ ਵਿਹਲਾ ਇਹ ਹੁਣ ਹੁਣ ਪਤੀਆ ਉਹਦੇ ਵਰਗੇ ਇਹ ਹੋਣਗੇ ਉਹ ਦੱਸ ਕੇ ਨੌਕਰੀਆਂ ਤੇ ਲੱਗੇ ਨੇ ਉਹਨੂੰ ਆਪਾਂ ਅਗਲੇ ਨੂੰ ਕੀ ਕਹੀਏ ਤੂੰ ਤਾਂ ਆਪਦੇ ਜਵਾਕ ਨੂੰ ਵੀ ਨਹੀਂ ਸਾਰਾ ਦਿਨ ਬਖਸ਼ਦਾਗਾ ਕਿਸੇ ਵੇਲੇ 24 ਘੰਟੇ ਹੀ ਲੱਗਿਆ ਰਹਿਣਾ ਕੰਮ ਨਹੀਂ ਕਰਦਾ ਐ ਨਹੀਂ ਕਰਦਾ ਕਰਕੇ ਦਾ ਗਿਆ ਚਾਹ ਪੀ ਕੇ ਰੋਟੀ ਟੁੱਕਦਾ ਨਾ ਪੁੱਛੀ ਲੜਾਈ ਤੇ ਲੱਕ ਬੰਨ ਛੱਡਿਆ ਤੇ ਜੇ ਸ਼ਹਿਰ ਹੀ ਗਿਆ ਸੀ ਉੱਥੇ ਸਮੋਸੇ ਖਾ ਲੈਂਦਾ ਹੋਟਲ ਤੇ ਤਾਂ ਕੀ ਹੋ ਜਾਂਦਾ ਲੱਕ ਬੰਨਿਆ ਇਹਦੇ ਨਾਲ ਲੜਾਈ ਦਾ ਸਮੋਸੇ ਦਾ ਰੁਪਈਏ ਲਾਉਂਦਾ ਘਰੇ ਆ ਜਿਹੜਾ ਸਮਾਨ ਲਿਆਉਂਦਾ ਹਾਏ ਵੀ ਰੱਬਾ ਵੀ ਦੱਸ ਹਾਂ ਭੁੱਖਾ ਸੀ ਕਿ ਦੁਪਹਿਰੇ ਉੱਥੇ ਖਾ ਲੈਂਦਾ ਐਡੀ ਕੀ ਗੱਲ ਸੀ ਬਈ ਯਾਰ ਜਦ ਨਹੀਂ ਬਣ ਜਾਂਦੇ ਪੈਸੇ ਕਲਿਆ ਫਿਰ ਚਲੋ ਜਦੋਂ ਹੁਣ ਬੰਦਾ ਭੁੱਖਾ ਦੁਪਹਿਰੇ ਉਦੋਂ ਤਾਂ ਖਾ ਹੀ ਸਕਦਾ ਬਾਕੀ ਚਲ ਘਰੇ ਖਾ ਲਈ ਆ ਕੇ ਤੂੰ ਹੱਥ ਨਹੀਂ ਹੁਣ ਵੀ ਖਾ ਸਕਦਾ ਮੇਰਾ ਤਾਂ ਪਰਵਾ ਕਿਰਪਿਆ ਲਾਉਣ ਨੂੰ ਜੀ ਨਹੀਂ ਕਰਦਾ ਠੀਕ ਆ ਤੁਸੀਂ ਜਿਵੇਂ ਮਰਜ਼ੀ ਲਈ ਜਾਓ ਯਾਰ ਇੰਨਾ ਨਹੀਂ ਭੁੱਖ ਦਿਖਾਉਂਦੇ ਨੇ ਮੈਂ ਤੂੰ ਕਰਦਾ ਕਿ ਨਾਲ ਲੈ ਕੇ ਜਾਣੇ ਪੈਸੇ ਆ ਨਾਲ ਤਾਂ ਨਹੀਂ ਲੈ ਕੇ ਜਾਣੇ ਕਿਤੇ ਖੇਤ ਤੇ ਗੇੜਾ ਮਾਰਿਆ ਕਿਵੇਂ ਕਮਾਈ ਹੁੰਦੀ ਦੀ ਆ ਇਹ ਤਾਂ ਖੇਤ ਵਾਲੀ ਗੱਲ ਤੇ ਆ ਜੀ ਹੁਣ ਹੋਰ ਕਿਉਂ ਜਵਾਕ ਨੂੰ ਟੋਕਦਾ ਹੁਣ ਉਹਨੇ ਤੇਰੇ ਵਾਸਤੇ ਹੀ ਕਹਿਤਾ ਸੀ ਜੇ ਤੂੰ ਭੁੱਖਾ ਮਰ ਗਿਆ ਉਹਨੂੰ ਤਰਸ ਆ ਗਿਆ ਵੀ ਮੇਰਾ ਭਰਾ ਭੁੱਖਾ ਰਿਹਾ ਖਾਣ ਨੂੰ ਕਿਹਾ ਤੈਨੂੰ ਕੀ ਕਹਿਤਾ ਉਹਨੇ ਯਾਰ ਮੈਂ ਤਾਂ ਭੁੱਖੀ ਡੰਗ ਲਾ ਲੂ ਨਾ ਆ ਕੁੜੀ ਕਹਿੰਦੀ ਇਹਨੂੰ ਕੁਛ ਵੀ ਮਾੜਾ ਮੋਟਾ ਭਾਈ ਤੂੰ ਕਹਿ ਦੇ ਵੀ ਕੰਮ ਕਾਰ ਕਰ ਲਾ ਚੰਗਾ ਕੁੜੀ ਨੂੰ ਨਾ ਕਿਹਾ ਕਰ ਐਵੇਂ ਜਵਾਕੜੀ ਨੇ ਉਹਨੂੰ ਕਿ ਬੋਲਦਾ ਹੁਣ ਤੁਹਾਡਾ ਤਾਂ ਜ਼ਮੀਨੀ ਹੱਕ ਹੋਰ ਬੋਲਣ ਦਾ ਇਹਨੂੰ ਨਾਲ ਮੈਨੂੰ ਪੜ ਲੈਣ ਦੇ ਜੀ ਕੋਈ ਨੌਕਰੀ ਬਣ ਗਿਆ ਤਾਂ ਖੇਤ ਦੀ ਲੋੜ ਹੀ ਨਹੀਂ ਪੈਣੀ ਕਿਹੜਾ ਲੱਗੇਗਾ ਤੂੰ ਨੌਕਰਾ ਤੇ ਯਾਰ ਬਸ ਇਸ ਟਾਈਮ ਦੇ ਚੰਗਾ ਕਿਉਂ ਨੂੰ ਇਹੋ ਜਿਹਾ ਕੁਛ ਬੋਲਦਾ ਜਵਾਕ ਨੂੰ ਅਕੇ ਕਿਹੜਾ ਲੱਗੇਗਾ ਆਪਦੇ ਭਾਈ ਭੈਣ ਨੂੰ ਤਾਂ ਸਿੱਸਾ ਦਿੰਦੇ ਹੁੰਦੇ ਆ ਵੀ ਹਾਂ ਤੂੰ ਦਿਨ ਰਾਤ ਚੌਗਣੀ ਤਰੱਕੀ ਕਰੇ ਅਕੇ ਤੂੰ ਕਿਹੜਾ ਲੱਗੇਗਾ ਨੌਕਰੀ ਪੁੱਠਾ ਸਿੱਧਾ ਬੋਲਣ ਲੱਗੇ ਮਿੰਟ ਲਾਉਣਾ ਤੂੰ ਚੱਲ ਯਾਰ ਕਹਿੰਦਾ ਤੂੰ ਕਿਉਂ ਚਮੜਾ ਛੱਡਿਆ ਮੈਂ ਬਿਨਾਂ ਗੱਲ ਤੋਂ ਇਹਨੂੰ ਯਾਰ ਜਵਾਕ ਨੂੰ ਉਹੀ ਬੋਲਣ ਲੱਗ ਜਾਂਦੇ ਹੁੰਨੇ ਆਗੇ ਚੱਲ ਤੂੰ ਕਰਨਾ ਕੀ ਕਰਨਾ ਮੈਂ ਤਾਂ ਖੇਤ ਜਾਣਾ ਜਿਹੜਾ ਮੇਰਾ ਕੰਮ ਆ ਸਾਰਾ ਦਿਨ ਹੁਣ ਚਾਹ ਦੀ ਘੁੱਟ ਝੋਲ ਸੀ ਆ ਕੋਈ ਨਹੀਂ ਝੋਲ ਸਾ ਦਰਤੀ ਆ ਕੇ ਭਾਬੀ ਉਹੀ ਨਾ ਦੇਖੀ ਟੱਪਣ ਲੱਗੇ ਨਾ ਮਾੜੀ ਜੀ ਗੱਲ ਹੈ ਕਿ ਤਾਂ ਐ ਸ਼ਰੀਕਾ ਕਰਨ ਲੱਗ ਗਿਆ ਹੋਰ ਮੈਂ ਤਾਂ ਆਪ ਸਮਝਾਉਣੀ ਹੁੰਨੀ ਆ ਸਾਰਾ ਦਿਨ ਪੈਸੇ ਬਾਰੇ ਮੈਨੂੰ ਕਹਿੰਦਾ ਤੈਨੂੰ ਨਹੀਂ ਪਤਾ ਆਪਣੇ ਕੰਮ ਆਉਣਗੇ ਕੱਲ ਨੂੰ ਇਹਨਾਂ ਦੇ ਜਵਾਕ ਹੋ ਜਾਊਗਾ ਇਹਨਾਂ ਦੇ ਆਹੀ ਇਹਦੀ ਉਮਰ ਆ ਕਮਾਉਣ ਵਾਲੀ ਮੈਂ ਕਹਿੰਦੀ ਉਹੀ ਮੈਨੂੰ ਨਾ ਲੈਕਚਰ ਦਿਆ ਕਰ ਜਵਾਕ ਨੂੰ ਪੈਸੇ ਧੇਲੀ ਦੇ ਦਿਆ ਕਰ ਵੀ ਇੱਕੋ ਇੱਕ ਤਾਂ ਮੁੰਡਾ ਆਪਣੇ ਹੋਰ ਕਿ 5-7 ਤੁਰੇ ਫਿਰਦੇ ਇੱਥੇ ਹੁਣ ਫਿਰ ਐਂ ਵੀ ਦੇਖੇ ਨਾ ਵੀ ਮੈਂ ਤਾਂ ਪੜਦਾ ਹਾਂਗਾ ਚੱਲ ਹਾਂ ਵੀ ਤੂੰ ਖੇਤੀ ਜੋਗਣਾ ਤੂੰ ਖੇਤੀ ਕਰੀ ਜਾ ਤੂੰ ਖੇਤੀ ਕਰੀ ਜਾ ਕਿਉਂ ਚੱਲ ਕੋਈ ਗੱਲ ਨਹੀਂ ਮੈਂ ਦਿੰਦੀ ਹਾਂ ਤੈਨੂੰ ਪੈਸੇ ਪਏ ਆ ਮੇਰੇ ਕੋਲ 5000 ਰੁਪਏ ਚੱਲ ਲਿਆ ਕੇ ਦੇਈਂ ਫਿਰ ਬਾਬੀ ਕਿੰਨੇ ਚਾਹੀਦੇ ਆ ਕਿੰਨੇ ਕੁ ਲੱਗ ਜਾਣਗੇ ਬੇਇੱਜ਼ਤੀ ਕਰ ਨਵੀਂ ਕੁੜੀ ਆਈ ਇਹਦਾ ਹਜੇ ਕੀ ਪਤਾ ਆਪਣੇ ਘਰ ਦਾ ਇੰਨਾ ਸਾਰਾ ਭੇਤ ਦੇ ਜਾਂਦੇ ਤੁਸੀਂ ਐਂ ਲੜਾਈ ਕਰੀ ਜਾਂਦੇ ਹੋ ਗਾਹਾਂ ਗੱਲ ਜਾਊਗੀ ਇਹ ਤਾਂ ਗੱਲ ਹੈ ਠੀਕ ਚੱਲ ਕੋਈ ਨਹੀਂ 5 ਦਾ 5 ਪੂਰਾ ਹੀ ਲੈ ਜਾ ਇਹਨੂੰ ਨਾਲ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਦਿੰਦੀ ਹਾਂ ਤੈਨੂੰ ਪੈਸੇ ਚੱਲ ਲਿਆ ਦੇ ਭਾਬੀ ਪੈਸੇ ਕੋਈ ਨਾ ਭਾਬੀ ਆ ਜਾ ਹੁਣ ਟਾਈਮ ਤਾਂ ਦੇਖ ਲੈ ਕਿੰਨਾ ਹੋ ਗਿਆ 1 ਵਜੇ ਦਾ ਆ ਲੈ ਫੜ ਇੰਨੇ ਕੁ ਨਾ ਸਰਜੂ ਹੁਣ ਨਾਲ ਲੈ ਕੇ ਜਾਏਂਗਾ ਪ੍ਰੀਤ ਨੂੰ ਐਂ ਕਰਦਾ ਭਾਬੀ ਹਾਂ ਇਹਦੇ ਨਾਲ ਤਾਂ ਕੁਛ ਨਹੀਂ ਹੋਣਾ ਨਾ ਤੁਸੀਂ ਖਰਚਾ ਬਾਵਾ ਆ ਜਾਂਦਾ ਉੱਥੇ ਸਲੂਨ ਜਿੱਤੇ ਮੈਂ ਦੇਖਿਆ ਇਹ ਫਿਰ ਐਂ ਤਾਂ ਮੁੜਦੀ ਵੀ ਨਹੀਂ ਹੋਰ ਸਮਾਨ ਵੀ ਲਊਗੀ ਅੱਛਾ ਅੱਛਾ ਤੇ ਜਿੱਦੇ ਆਪਾਂ ਕੋਈ ਫਸਲਵਾੜੀ ਦਾ ਕਰਿਆ ਜਾਂ ਹੋਰ 10-15 ਦਿਨ ਤਾਂ ਨਾਲੇ ਵਿਆਹ ਆਉਣ ਵਾਲਾ ਉਹ ਦੇ ਲੈ ਜੂ ਹਾਂ ਹਾਂ ਇਹ ਕਰ ਲਈ ਚੱਲ ਉਹਦੇ ਕਰਾ ਲੈਂਗੇ ਸਾਰਾ ਕੁਝ ਨਾਲੇ ਕੱਪੜੇ ਕੁੱਪੜੇ ਸੂਟ ਸਾਟ ਲੈ ਲਊਗਾ ਕੋਈ ਨਾ ਉਹਦੇ ਦੱਸਦਾ ਹੀ ਭਾਵੇਂ 20,000 ਲੈ ਜੀ ਅੱਜ ਆਹੀ ਸੀ ਮੇਰੇ ਕੋਲ ਪੈਸੇ ਥੋੜੇ ਆ ਗਏ ਚੱਲ ਕੋਈ ਨਾ ਭਾਬੀ ਕਰਾਂ ਚੰਗਾ ਚੱਲ ਜਾਇਆ ਟਾਈਮ ਨਾਲ ਆ ਜੀ ਹੱਥ ਨੇ ਹੁਣ ਚੱਲ ਕੋਈ ਨਾ ਭਾਬੀ ਮੈਨੂੰ ਪਤਾ ਹੀ ਆ ਹੁਣ ਤਾਂ ਕਿ ਹੱਥ
ਬਾਲ ਕਰਾਏ ਨੇ ਉਹਦੇ ਰਵਾਉਂਡ ਤੇ ਅੱਜ ਪਾਰਟੀ ਤੇ ਚੱਲਦੇ ਆ ਨਾਲੇ ਪੀਵਾਂਗੇ ਉੱਥੇ ਬੀਅਰ ਨਾਲ ਸ਼ੇਅਰ ਪ੍ਰੋਗਰਾਮ ਬਣਾਉਂਦੇ ਆ ਵਧੀਆ ਬਾਲ ਤਾਂ ਫੇਰ ਕਰਾ ਲਿਆ ਐਵੇਂ ਕਦੇ ਉਹ ਵੱਡਾ ਤਾਂ ਉਹੀ ਲੜਦਾ ਹੀ ਰਹਿੰਦਾ ਨਾਲੇ ਕੌਂਸੀ ਜਾਊਗਾ ਨਾਲੇ ਉਹਦੇ ਵਿਆਹ 'ਚ ਪਤਾ ਨਹੀਂ ਲੱਗਣਾ ਪੈਸੇ ਇਕੱਠੇ ਫੜ ਲਏ ਸਾਰੇ ਕੀ ਕੰਮ ਸੀ ਖੇਤ ਫਿਰ ਉਹੀ ਗੁੱਸੇ ਹੋ ਕੇ ਭੱਜ ਗਏ ਸਾਡੇ ਨਾਲ ਖੇਤ ਮੋਟਰ ਛੱਡੀ ਸੀ ਵੱਢ ਜਾ ਰਮਾਇਆ ਸੀਗਾ ਅੱਛਾ ਤੇ ਹਰਾ ਹਰਾ ਵੱਢ ਕੇ ਲੈਂਦਾ ਤੇ ਕੱਪੜੇ ਵੀ ਨਹੀਂ ਬਦਲ ਕੇ ਗਏ ਫਿਰ ਹੈ ਕੱਪੜੇ ਹੁਣ ਮੈਂ ਕੀ ਬਦਲ ਕੇ ਜਾਵਾਂ ਯਾਰ ਰੋਲਾ ਤਾਂ ਤੁਸੀਂ ਵਾਲਾ ਪਾਉਣੇ ਕਰੇ ਓਏ ਰੌਲਾ ਕਾਹਦਾ ਪਾਉਣਾ ਮੈਂ ਤਾਂ ਨਾ ਸਿਆਣੀ ਗੱਲ ਹੀ ਕਰਦੀ ਹਾਂ ਐਵੇਂ ਨਾ ਤੁਸੀਂ ਟੋਕਿਆ ਕਰੋ ਦੇ ਦਾ ਛੋਟੇ ਦਾ ਵੀ ਉਹਨਾ ਹੀ ਸਬਰ ਦਾ ਨਾਲੇ ਚਾਚੇ ਹੁਣੇ ਕੀ ਕਹਿਣਗੇ ਉਹ ਗਗਨ ਪਤਾ ਗੱਲ ਕੀ ਆ ਯਾਰ ਹੁਣ ਤੂੰ ਮੇਰੀ ਗੱਲ ਸੁਣ ਮੈਨੂੰ ਕਿੰਨਾ ਚਿਰ ਹੋ ਗਿਆ ਖੇਤੀ ਕਰਦੇ ਨੂੰ ਕੁਛ ਆਪਣੇ ਨੂੰ ਕਿਤੇ ਬਚਿਆ ਬਚਣਾ ਕੀ ਸੀ ਫਿਰ ਕਾਲੇ ਦਾ ਵਿਆਹ ਕਰਤਾ ਉਹ ਤੂੰ ਕਹਿੰਦਾ ਵਿਆਹ ਕਰਦੇ ਆਪੇ ਮੈਨੂੰ ਖੇਤ ਬੰਨੇ ਨਾਲ ਲੈ ਜਾ ਕਰੂੰਗਾ ਯਾਰ ਮੈਨੂੰ ਤਾਂ ਆਇਆ ਯਾਰ ਜੇ ਕੋਈ ਕੰਮ ਧੰਦਾ ਕਰ ਲੂੰ ਇਹਦੀ ਲਾਈਫ ਸੌਖੀ ਨਾ ਕਿਉਂ ਠੀਕ ਆ ਉਹ ਤਾਂ ਮੈਨੂੰ ਪਤਾ ਤੁਸੀਂ ਫਾਇਦੇ ਹੀ ਸੋਚਦੇ ਹੋ ਮੈਂ ਤਾਂ ਕਹਿੰਦੀ ਹਾਂ ਵੀ ਦਸ ਲੋਕ ਆਪਾਂ ਨੂੰ ਬੁਰੇ ਕਹਿਣਗੇ ਵੀ ਅੱਧਾ ਦਾ ਮਾਲਕ ਉਹ ਆ ਠੀਕ ਹੈ ਨਾ ਅੱਧਾ ਹਿੱਸਾ ਉਹਦਾ ਬਣਦਾ 24 ਘੰਟੇ ਤੁਸੀਂ ਉਹਨੂੰ ਟੋਕਦੇ ਰਹਿਣਾ ਪੈਸੇ ਮੰਗਦਾ ਫੇਰ ਕੀ ਹੁੰਦਾ ਜੋ ਪੈਸੇ ਖਰਚ ਕਰ ਲੈਂਦਾ ਉਹਦਾ ਕੁਛ ਹੈ ਨੀ ਖਰਚ ਗਗਨ ਮੇਰੀ ਗੱਲ ਸੁਣ ਆਪਾਂ ਹਜੇ ਤੀ ਬੱਚਾ ਹੀ ਨਹੀਂ ਲੈਤਾ ਮੈਨੂੰ ਆਏ ਸੀ ਇਹਦੀ ਲਾਈਫ ਸੈੱਟ ਹੋ ਜੇ ਠੀਕ ਆ ਇਹਨਾਂ ਦਾ ਇਹ ਬੱਚਾ ਲੈ ਲੈਣਗੇ ਆਪਾਂ ਸਾਰਾ ਕੁਛ ਇਹਨਾਂ ਦੀ ਆਪਾਂ ਕੀ ਕਰਨਾ ਗਾ ਉਹ ਤਾਂ ਮੈਂ ਤਾਂ ਇੱਥੋਂ ਦੀ ਸੋਚਦਾ ਇਹਨਾਂ ਦਾ ਉਹ ਤਾਂ ਮੈਨੂੰ ਪਤਾ ਜੀ ਮੈਂ ਕਿੱਦੇ ਲਾਲਚ ਕਰ ਲਿਆ ਮੈਂ ਕਿੱਦੇ ਕਹਿਤਾ ਵੀ ਆਪਣੇ ਜਵਾਕ ਹੋਣਗੇ ਮੈਂ ਤਾਂ ਆਪ ਕਹਿੰਦੇ ਵੀ ਚੱਲ ਕਾਲੇ ਦਾ ਜਿਹੜਾ ਕੋਈ ਜਵਾਕ ਹੋਊਗਾ ਮੁੰਡਾ ਕੁੜੀ ਮੇਰੇ ਤਾਂ ਉਹ ਵੀ ਫਰਕ ਨਹੀਂ ਹੈਗਾ ਉਹ ਵੀ ਆਪਦਾ ਹੋਊਗਾ ਨਾਲ ਜ਼ਮੀਨ ਕਿਹੜਾ ਆਪਾਂ ਸਿਰ ਤੇ ਧਰ ਕੇ ਲੈ ਜਾਣੀ ਇਹਨਾਂ ਦੀ ਜ਼ਮੀਨ ਆਪਾਂ ਕੀ ਕਰਦੇ ਹਾਂ ਜ਼ਮੀਨ ਸਾਰਾ ਕੁਝ ਇਹਨਾਂ ਦੀ ਮੈਂ ਤਾਂ ਗੱਲ ਆਏ ਕਹਿੰਦੇ ਫਿਰ ਮਾੜੇ ਨਾ ਪਾਉ ਨਾ ਟੋਕਿਆ ਨਾ ਕਰੋ ਉਹਨੂੰ ਪੈਸੇ ਧੇਲੀ ਵਾਸਤੇ ਉਹ ਟੋਕਾ ਤਾਂ ਮੈਨੂੰ ਆਇਆ ਵੀ ਕੁਝ ਬਣ ਜੂ ਗਾਹਾਂ ਇਹਦੇ ਜਵਾਕਾਂ ਦਾ ਕੁਝ ਬਣ ਜੂ ਤੈਨੂੰ ਹੁਣ ਆਇਆ ਪਤਾ ਵੀ ਗਾਹ ਖਰਚੇ ਕਿੰਨੇ ਵਧ ਰਿਆ ਉਹ ਯਾਰ ਬਣ ਜੂ ਹੁਣ ਉਹ ਵੀ ਕੁਝ ਸੋਚੂਗਾ ਉਹ ਤਾਂ ਸੌਕਾ ਦੀ ਲੋਕਾਂ ਦੇ ਮੁੰਡੇ ਨਾਲ ਬਾਹਲਾ ਸਿਆਣਾ ਪੜ੍ਹ ਲਿਖ ਗਿਆ ਵਿਆਹ ਕਰਾ ਲਿਆ ਜਿੱਥੇ ਕਿਹਾ ਸਾਰੇ ਕੁਝ ਆਪਣੇ ਆਖੇ ਲੱਗਦਾ ਕੱਲ ਨੂੰ ਆਪਣੇ ਹੱਥ ਚ ਨਿਕਲ ਗਿਆ ਨਾ ਫਿਰ ਦੇਖ ਲਈ ਗਗਨ ਤੈਨੂੰ ਆਈ ਨਹੀਂ ਪਤਾ ਤੁਸੀਂ ਤਾਂ ਘਰੇ ਬੈਠੇ ਰਹਿੰਦੇ ਮੈਂ ਬਾਹਰ ਅੰਦਰ ਤੁਰਿਆ ਫਿਰਦਾ ਮੁੰਡੇ ਕੁੰਡੇ ਘਰੋਂ ਰੁਪਈਏ ਚੱਕ ਕੇ ਕੀ ਕੁਝ ਕਰਦੇ ਫਿਰਦੇ ਨੇ ਬਾਹਰ ਮੈਨੂੰ ਪਤਾ ਨਾ ਮੈਂ ਲੋਕਾਂ ਦੀਆਂ ਕੀ ਕੀ ਗੱਲਾਂ ਸੁਣਦਾ ਬਸ ਮੇਰੇ ਜ਼ੋਰ ਤੇ ਨਾ ਸ਼ੱਕ ਕਰੋ ਵੀ ਉਹ ਲੋਕਾਂ ਦੇ ਮੁੰਡਿਆਂ ਵਰਗਾ ਉਹ ਵੀ ਬਹੁਤ ਬਾਹਰ ਕੁਝ ਕਰਦਾਗਾ ਘਰੇ ਬਹੂ ਹੈਗੀ ਆ ਉਹਨੂੰ ਪਤਾ ਹੈਗਾ ਨਸ਼ਾ ਪੱਤਾ ਕਰਦਾ ਮੈਂ ਤਾਂ ਕਦੇ ਦੇਖਿਆ ਨਹੀਂ ਜਾਂ ਕੋਈ ਹੋਰ ਗੱਲ ਨਹੀਂ ਸਾਰੇ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਆ ਵੀ ਨਸ਼ੇ ਪੱਤੇ ਤੋਂ ਦੂਰ ਰਹੇ ਜਵਾਬ ਬਹੂ ਨੂੰ ਤਾਂ ਉਹ ਮਾਰ ਮਾਰ ਪੱਪ ਮਗਰ ਲਾਈ ਬੈਠਾ ਤੈਨੂੰ ਕੀ ਪਤਾ ਗੱਲਾਂ ਦਾ ਐਂ ਤਾਂ ਫਿਰ ਉਹ ਵੀ ਕਦੇ ਗੱਲ ਕਰੂਗੀ ਵੀ ਦੀਦੀ ਇਹ ਨਸ਼ਾ ਕਰਕੇ ਆਏ ਜਾਂ ਐਂ ਕਰਕੇ ਆਏ ਕਦੇ ਸ਼ਿਕਾਇਤ ਦਵਾਈ 2 ਸਾਲ ਹੋ ਗਏ ਉਹਦੇ ਵਿਆਹ ਨੂੰ ਕਦੇ ਮੌਕਾ ਦਿੱਤਾ ਆਪਾਂ ਨੂੰ ਐਂ ਕਹਿਣ ਦਾ ਓਏ ਯਾਰ ਉਹ ਕੁੜੀ ਜੀ ਮੈਨੂੰ ਤਾਂ ਨਰਮ ਲੱਗਦੀ ਆ ਕਿਵੇਂ ਯਾਰ ਠੀਕ ਆ ਉਹਦਾ ਹੁਣ ਤਾਂ ਸੁਭਾਅ ਹਨਾ ਉਹ ਵਿਚਾਰੀ ਨੇ ਕੀ ਬੋਲਣਾ ਤੂੰ ਉਹਨੂੰ ਸਮਝਾ ਦੇ ਮਾੜਾ ਮੋਟਾ ਕਿ ਤੂੰ ਕਾਲੇ ਨੂੰ ਸਮਝਾ ਦੇ ਮੈਂ ਉਹਨੂੰ ਐਂ ਕਹਿੰਦਾ ਖਰਚੇ ਨਾ ਕਰੋ ਚੀਜ਼ ਨਾ ਲੈ ਕੇ ਉਹ ਸ਼ੌਂਕ ਨਾ ਪੂਰੇ ਕਰੋ ਐਂ ਕਹਿੰਦਾ ਤੁਸੀਂ ਮੈਨੂੰ ਕਹਿ ਦਿੰਦੇ ਸੀ ਨਾ ਮੈਂ ਰੁਕ ਜਾਂਦੀ ਸੀ ਕੋਈ ਗੱਲ ਨਹੀਂ ਮੇਰੇ ਤਾਂ ਨਾ ਉਹ ਦਰਾਣੀ ਨਹੀਂ ਹੈਗੀ ਮੇਰੇ ਤਾਂ ਭੈਣਾਂ ਵਰਗੀ ਹੈ ਵਿਚਾਰੀ ਕੋਈ ਨਾ ਕਰ ਲੈਣਦੇ ਖਰਚ ਉਮਰ ਆ ਉਹਨਾਂ ਦੀ ਬਾਲਾ ਨਾ ਬੋਲੋ ਨਾ ਉਹ ਤੋਂ ਚੇਂਜ ਕਰੋ ਕੱਪੜੇ ਤੇ ਮੈਂ ਰੋਟੀ ਪੱਕ ਲਿਆਉਣੀ ਚਲ ਚੰਗਾ ਭਾਈ ਜਿਵੇਂ ਤੁਹਾਡੀ ਮਰਜ਼ੀ ਮੈਂ ਤੁਹਾਡੇ ਮਗਰ ਹੀ ਆਵਾਂ ਪਾਰਟੀ ਤਾਂ ਵਧੀਆ ਰਹੀ ਵਧੀਆ ਕਰਿਆ ਇੰਜੋਏ ਸਾਰਾ ਕੁਝ ਅੱਛਾ ਤੁਸੀਂ ਤਾਂ ਇੰਜੋਏ ਕਰ ਲਿਆ ਵੀਰਾਂ ਸ਼ੀਰਾਂ ਲਿਆਂਦੀਆਂ ਚੰਗਾ ਇੰਜੋਏ ਕੀਤਾ ਮੈਂ ਨਹੀਂ ਆਪਣੀ ਫਰੈਂਡ ਨਾਲ ਜਾਣਾ ਕੋਈ ਨਾ ਵਗ ਜੀ ਫਿਰ ਨਾ ਤੁਸੀਂ ਮੇਰੇ ਬਾਲ ਹਨਾ ਨਾ ਤੁਸੀਂ ਮੇਰੇ ਨਾਲ ਗਏ ਹੋ ਮਾਰਕੀਟ ਕੀ ਹੈ ਆਪਦਾ ਇੰਜੋਏ ਕਰਨ ਤੁਹਾਨੂੰ ਕਿਹਾ ਯਾਰ ਬਸ ਮੈਨੂੰ ਤਾਂ ਪੈਸੇ ਲੈ ਕੇ ਦੇ ਦਿਓ ਠੀਕ ਆ ਤੁਸੀਂ ਨਾ ਜਾਓ ਮੈਂ ਆਪਣੇ ਫਰੈਂਡ ਨਾਲ ਚਲੀ ਜਾਵਾਂਗੀ ਪੈਸੇ ਦਿੱਤੇ ਸੀ ਭਾਬੀ ਨੇ ਥੋੜੇ 5000 ਦੇ ਕੇ ਕਹਿੰਦੀ ਲੈ ਕਰਾ ਲੈ ਹੁਣ ਉਹ ਆਪ ਤਾਂ ਖੁੱਲੇ ਪੈਸੇ ਡਾਉਣ ਆਪਾਂ ਉਹਨਾਂ ਨੂੰ ਪੁੱਛ ਕੇ ਲਿਆ ਕਰੀਏ ਵੀ ਇੰਨੇ ਪੈਸੇ ਤੁਸੀਂ ਬੋਲ ਨਹੀਂ ਸਕਦੇ ਬਰਾਬਰ ਦਾ ਹੱਕ ਆ ਤੁਹਾਡਾ ਕਦੋਂ ਤੁਹਾਨੂੰ ਅਕਲ ਆਊਗੀ ਐਂ ਤਾਂ ਗੱਲ ਹੈਗੀ ਹੱਕ ਤਾਂ ਮੇਰਾ ਬਰਾਬਰ ਦਾ ਫਿਰ ਤੁਸੀਂ ਕਹਿ ਨਹੀਂ ਸਕਦੇ ਵੀ ਦੋ ਪੈਸੇ ਇੰਨੇ ਇੰਨੇ ਪੈਸੇ ਇੰਨੀ ਫਸਲ ਦੇ ਪੈਸੇ ਕਿੱਥੇ ਜਾਂਦੇ ਨੇ ਪੁੱਛਿਆ ਆ 5-10 ਹਜ਼ਾਰ ਰੁਪਏ ਨਾਲ ਖਰਚ ਆਉਂਦਾ ਆਪਣਾ ਗੱਲ ਤੇਰੀ ਸਹੀ ਆ ਕਹਿ ਨਹੀਂ ਸਕਦੇ ਹੈਗੇ ਨਾ ਕਦੇ ਮੈਂ ਕੋਈ ਹਿਸਾਬ ਲਿਆ ਜਿੰਨੇ ਪੈਸੇ ਖੇਤੀਬਾੜੀ ਚ ਬਚਦੇ ਆ ਸਾਰੇ ਵੱਡਾ ਆਪ ਹੀ ਰੱਖਦਾ ਉਹੀ ਤਾਂ ਗੱਲ ਤੁਸੀਂ ਕਦੇ ਪੁੱਛਿਆਗਾ ਕਬੀਲਦਾਰ ਬਣਿਆ ਬੈਠਾ ਉਹਦੇ ਹੱਥ 'ਚ ਚਾਬੀ ਆ ਨਾ ਦੱਸਦਾ ਵੀ ਇੰਨੇ ਦੀ ਫਸਲ ਹੋਈ ਆ ਜੇ ਮੈਂ 5-6 ਹਜ਼ਾਰ ਮੰਗਣਾ ਐਂ ਕਰਨ ਲੱਗ ਜੂ ਖਰਚਾ ਚਲੋ ਕਿੰਨੇ ਦਿਨ ਹੋ ਗਏ ਆ ਕੋਈ ਸ਼ੌਂਕ ਵੀ ਨੇ ਮੇਰੇ ਮੈਂ ਪੂਰੇ ਵੀ ਕਰਨੇ ਤੁਸੀਂ ਤਾਂ ਆਪਦਾ ਜਾਣਦੇ ਹੋ ਇੰਜੋਏ ਕਰਦੇ ਹੋ ਮੈਂ ਘਰੇ ਬੈਠੀ ਰਹਿੰਦੀ ਆ ਸਾਰਾ ਦਿਨ ਬੋਰ ਹੋ ਜਾਂਦੀ ਆ ਕੀ ਆ ਕੀ ਮੈਂ ਉਹਨਾਂ ਨੂੰ ਦੱਸਾਂ ਵੀ ਮੈਂ ਇੱਥੇ ਕਿੰਨੀ ਕੈਸ਼ ਕਰਦੀ ਆ ਚਲ ਕੋਈ ਨਾ ਬਸ ਮੈਂ ਵੀ ਥੋੜਾ ਟਾਈਮ ਹੀ ਦੇਖਦਾ ਨਾ ਫਿਰ ਮੈਂ ਵੱਡੇ ਨੂੰ ਕਹਿਣਾ ਵੀ ਫਿਰ ਆਪਣਾ ਤਾਂ ਜਾਏ ਬਾਹਣ ਵੰਡ ਲਾ ਐਂ ਨਹੀਂ ਲੋਟ ਆਉਣਾ ਅਲੱਗ ਹੋ ਜਾਓ ਬਸ ਗੱਲ ਖਤਮ ਆਪਾਂ ਰਹਿਣੇ ਨਹੀਂ ਇਹਨਾਂ ਨਾਲ ਅਹੀਂ ਕਰਨਾ ਉਹ ਭਾਬੀ ਵੀ ਤਾਂ ਉਤੋਂ ਮਿੱਠੀ ਬਣ ਜਾਂਦੀ ਆ ਚਲੋ ਵੀ ਇਹਨਾਂ ਨੂੰ ਕਿਹੜਾ ਕੁਛ ਪਤਾ ਲੱਗਦਾ ਉਹ ਵੀ ਹਾਂ ਉਹ ਵੀ ਮਿੱਠੀਆਂ ਮਾਰਦੀ ਆ ਹਾਂ ਮਿੱਠੋ ਮਾਸੀ ਨਾਲ ਇੱਧਰ ਨਾਲ ਉੱਧਰ ਦੋਨਾਂ ਪਾਸੇ ਐਂ ਤਾਂ ਸਭ ਪਤਾ ਲੱਗਾ ਮੈਨੂੰ ਕੋਈ ਨਾ ਹੁਣ ਉਹਨੇ ਐ ਕਿਹਾ ਸੀ ਕਹਿੰਦੀ ਜਿੱਦਾਂ ਹੁਣ ਕੋਈ ਵਿਆਹ ਸ਼ਾਦੀ ਆਇਆ ਉਹਦੇ ਪੈਸੇ ਦੇ ਦੂੰਗੀ 10-15 ਹਜ਼ਾਰ ਮੈਨੂੰ ਵਿਆਹ ਸ਼ਾਦੀ ਦਾ ਨਹੀਂ ਪਤਾ ਠੀਕ ਆ ਮੈਂ ਮੇਰੇ ਪੇਕੇ ਜਾਣਾ ਮੈਂ ਦੇਖ ਲਓ ਮੈਰਿਜ ਤੋਂ
ਵੀ ਪੈਸੇ ਖੁੱਲੇ ਦੇ ਦੇ ਨਾਲ ਤੇਰੇ ਵਾਲ ਤੇ ਨਾਲੇ ਸੂਟ ਸਾਟ ਸਾਰਾ ਕੁਝ ਦਬਾ ਕੇ ਲਿਆਉਣਾ ਤੇ ਸ਼ਾਪਿੰਗ ਕਰਾ ਕੇ ਸਰ ਇੰਨੇ ਫਸਲ ਦੇ ਪੈਸੇ ਆਉਂਦੇ ਨੇ ਉਹ ਚੋਂ ਆਪਾਂ ਕਦੇ ਹਿਸਾਬ ਕਿਤਾਬ ਨਹੀਂ ਪੁੱਛਿਆ ਇਹਨਾਂ ਨੂੰ ਕੁਛ ਪੁੱਛਿਆ ਹੀ ਨਹੀਂ ਹੈਗਾ ਫਿਰ ਆਪਾਂ ਇਹ ਉਹ ਇਕੱਠੇ ਪੈਸੇ ਆਪਾਂ ਨੂੰ 20-30 ਰੁਪਏ ਦੇ ਵੀ ਦੇਣਗੇ ਕਿੱਡੀ ਗੱਲ ਹੈ ਐਂ ਤਾਂ ਗੱਲ ਆਪਾਂ ਕਿਹੜਾ ਰੋਜ਼ ਮੰਗਣੇ ਆ ਹਾਂ ਮੈਂ ਤਾਂ ਆਪ ਨਹੀਂ ਕਦੇ ਮੰਗੀ ਐ ਨਾ ਕਦੇ ਆਪਦੇ ਕੱਪੜਿਆਂ ਨੂੰ ਮੰਗੇ ਰਿਆ ਬਸ ਇੱਕ ਅੱਧੀ ਵਾਰੀ ਕੀ ਕਿਹੜਾ ਜੇ ਲਿਆ ਕਿੰਨੀ ਕੁ ਤੁਹਾਡੀ ਕਾਲਜ ਦੀ ਫੀਸ ਆ ਜਿਹੜੀ ਇਹ ਭਰਦੇ ਆ ਪੜਾਉਣੇ ਆ ਪੜਾਉਣੇ ਆ ਕੀ ਐ ਪੜਾਈ ਚ ਇਹ ਤਾਂ ਜਿਹੜੀਆਂ ਜਿਹੇ ਜਿਹੇ ਕਰਦੇ ਆ ਠੀਕ ਆ ਤੂੰ ਐਂ ਕਰ ਹੁਣ ਮੈਨੂੰ ਰੋਟੀ ਲਿਆ ਦੇ ਰੋਟੀ ਮੈਂ ਲਿਆ ਦਿੰਦੀ ਆ ਮਾੜਾ ਇਹ ਹੋਸ਼ ਚ ਰਿਆ ਕਰੋ ਠੀਕ ਆ ਨਾ ਕੋਈ ਨਹੀਂ ਕੋਈ ਨਹੀਂ ਕੱਲ ਨੂੰ ਸਵੇਰੇ ਕਰਦੇ ਆ ਨਾ ਗੱਲ ਹੁਣ ਤੂੰ ਰੋਟੀ ਲੈ ਕੇ ਦੇ ਥੱਕਿਆ ਦਾ ਮੈਂ ਮਸਾਉਂਗਾ ਠੀਕ ਹੈ ਭਾਬੀ ਹਾਂ ਗੱਲ ਕਰਨੀ ਸੀ ਤੇਰੇ ਨਾਲ ਇੱਕ ਪ੍ਰੀਤਾ ਆਈ ਹਾਂ ਦੱਸ ਕੀ ਕਹਿੰਦਾ ਸੀਗਾ ਹਾਂਜੀ ਭਾਬੀ ਦੇਖ ਐ ਤਾਂ ਨਹੀਂ ਲੋਟ ਆਉਂਦਾ ਹੁਣ ਹਾਂ ਸੋਡੇ ਕੋਲੇ ਆ ਕਬੀਲਦਾਰੀ ਸਾਰਾ ਪੈਸੇ ਦਾ ਹਿਸਾਬ ਕਿਤਾਬ ਠੀਕ ਤੇ ਹੁਣ ਜੇ ਅਸੀਂ ਮਾੜੇ ਮੋਟੇ ਪੈਸੇ ਮੰਗਦੇ ਆ ਤਾਂ ਤੁਸੀਂ ਕਿਵੇਂ ਕਰਨ ਲੱਗ ਜਾਂਦੇ ਹੋ ਲੜਨ ਲੱਗ ਜਾਂਦੇ ਹੋ ਨਾਲੇ ਮੇਰੀ ਕਰਦੇ ਹੋ ਬੇਇੱਜ਼ਤੀ ਇਹਦੇ ਕੋਲੇ ਤੇ ਆਪ ਅਸੀਂ ਕਿਹ ਹਿਸਾਬ ਕਿਤਾਬ ਮੰਗਿਆ ਇਹ ਤੋਂ ਬਾਈ ਤੋਂ ਕੀ ਗੱਲ ਹੋ ਗਈ ਗੱਲ ਤਾਂ ਬਾਈ ਆਪਣਾ ਐ ਲੋਟ ਨਹੀਂ ਆਉਣਾ ਕਿਆ ਕੀ ਹੋ ਗਿਆ ਸਾਨੂੰ ਤਾਂ ਰਹਿੰਦੀ ਹੁਣ ਪੈਸਿਆਂ ਦੀ ਲੋੜ ਆ ਹਾਂ ਤੇ ਤੂੰ ਆਪ ਫਿਰ ਹੁਣ 5-10 ਹਜ਼ਾਰ ਮੰਗਨੇ ਕਿਵੇਂ ਕਰਨ ਲੱਗ ਜਾਣਾ ਤੇ ਤੈਥੋਂ ਅਸੀਂ ਕੋਈ ਹਿਸਾਬ ਹੀ ਨਹੀਂ ਮੰਗਿਆ ਜ਼ਮੀਨ ਦਾ ਵੀ ਕਿੰਨਾ ਠੇਕਾ ਆਉਂਦਾ ਕਿੰਨੀ ਬਚਤ ਹੈ ਉਹ ਕਾਲੇ ਸਾਡਾ ਕੀ ਆ ਕਰੇ ਹੈ ਤਾਂ ਸਾਰਾ ਕੁਝ ਛੋਡਾ ਯਾਰ ਮੈਂ ਤਾਂ ਐ ਵੀ 2 ਰੁਪਏ ਦਾ ਜੁੜ ਜਾਣਗੇ ਛੋਡਾ ਕੁਝ ਬਣ ਜੂ ਭਰਾਵਾ ਉਹ ਗੱਲ ਨਹੀਂ ਹੈਗੀ ਬਈ ਯਾਰ ਹੁਣ ਜੇ ਇਹਨਾਂ 10-10 ਹਜ਼ਾਰ ਰੁਪਏ ਖਰਚਾ ਥੋੜੀ ਹੁੰਦੇ ਕਰੇ ਚੱਲ ਕਿਉਂ ਬੋਲੀ ਜਾਂਦੇ ਹੋ ਸੂਟ ਲਿਆਉਣੇ ਨੇ ਵਾਲ ਠੀਕ ਕਰਾਉਣੇ ਨੇ ਉਹ ਤਾਂ ਚਾਹੀਦੇ ਨੇ ਵਿਆਹ ਜਾਣਾ ਕੱਲ ਨੂੰ ਹੋਰ ਮੂਰੇ ਵਿਆਹ ਯਾਰ ਵਾਲ ਆਏ ਹੁਣ 5-5 ਹਜ਼ਾਰ ਵਾਲਾਂ ਦੇ ਥੋੜੀ ਹੁੰਦਾ ਕਹਿੰਦਾ ਤੁਸੀਂ ਕਿਉਂ ਬੋਲੀ ਜਾਂਦੇ ਹੋ ਸੋਨੂੰ ਕੀ ਪਤਾ ਨਾ ਤਾਂ ਕਦੇ ਮੈਨੂੰ ਮੰਡੀ ਲੈ ਕੇ ਗਏ ਹੋ ਠੀਕ ਆ ਤੇ ਇਹਨਾਂ ਟੋਕਣ ਦਾ ਸੋਡਾ ਨਹੀਂ ਹੱਕ ਕੋਈ ਗੱਲ ਨਹੀਂ ਜਿੰਨੇ ਪੈਸੇ ਮੰਗਦੇ ਆ ਨਾ ਦੇ ਦੇ ਵਿਆਹ ਇਹਦੇ ਮਾਮੇ ਦੇ ਮੁੰਡੇ ਦਾ ਸੁੱਖੀ ਦਾ ਉਹ ਵਿਆਹ ਤਾਂ ਹੈਗਾ ਹੁਣ ਮਾਮੇ ਦੇ ਮੁੰਡੇ ਦਾ ਉੱਥੇ 50 ਰੁਪਏ ਲੈ ਕੇ ਡੋਰੀ ਨਹੀਂ ਪਾਈ ਦੀ 5-5 ਹਜ਼ਾਰ ਹੁੰਦੇ ਆ ਯਾਰ ਆ ਕੇ ਡੋਰੀ ਨਹੀਂ ਪਾਈ ਦੀ ਅੱਜ ਕੱਲ ਕੌਣ ਪਾਉਂਦਾ ਡੋਰੀਆਂ ਅਗਲਾ ਸਰਪੰਚ ਆ ਗਾ ਸੁੱਖੀ ਦਾ ਪਿਓ ਠੀਕ ਆ ਆਪਣਾ ਸਰਪੰਚ ਆ ਉਹਦੇ ਮੁੰਡੇ ਦਾ ਤਕੜਾ ਵਿਆਹ ਪੂਰਾ ਉੱਥੇ ਜਾਣਾ ਪਤਾ ਕਿੰਨੀ ਇੱਜ਼ਤ ਆ ਉਹਨਾਂ ਦੀ ਤੇ ਤੋੜਦੇ ਇਹਨਾਂ ਨੂੰ ਖਾਲੀ ਹੱਥ ਉੱਥੇ ਐ ਵਗ ਜੀ ਗਏ ਸੀ ਫਿਰ ਵੇਚ ਦਿੰਨੇ ਆ ਕਿਹੜੀਆਂ ਹੈਗੀਆਂ 2 ਕਿਲੜੀਆਂ ਜਾਂ ਤੁਸੀਂ ਵਿਆਹ ਹੀ ਦੇਖ ਦੇਖੀ ਜਾਇਆ ਕਰੋ ਬਸ ਫਿਰ ਹੋਰ ਕੀ ਆ ਸਾਡੇ ਵੇਲੇ ਵੇਚ ਦਿੰਨੇ ਹਾਂ ਚੱਲ ਕੋਈ ਨਾ ਅਸੀਂ ਕਿਹਦੇ ਆ ਉਹ ਜਵਾਕਾਂ ਨੂੰ ਬਹਿ ਜਾ ਉੱਥੇ ਮੈਂ ਲਿਆ ਕੇ ਦਿੰਨੇ ਆ ਰੋਟੀ ਮਾਪੀ ਦੇ ਦੂੰ ਪੈਸੇ ਇਹਨਾਂ ਜਾਂ ਮੈਂ ਤਾਂ ਬਈ ਕੁਝ ਖਾ ਕੇ ਮਰ ਜਾਣਾ ਮਰ ਜਾ ਯਾਰ ਕੱਲੇ ਡਰਾਬੀ ਦਿੰਨਾ ਕੁਛ ਨਹੀਂ ਖਾਂਦਾ ਪੀਂਦਾ ਨਾ ਤੂੰ ਮਰ ਰਿਹਾ ਅੱਜ ਮਰੇ ਨਾ ਕੱਲ ਮਰੇ ਮੇਰੇ ਵੀ ਨੂੰ ਚਾਹੇ ਹੁਣ ਮਰ ਜਾ ਜਾ ਕੇ ਚੱਲ ਤੂੰ ਕਰ ਲਿਓ ਆਪਣੀ ਕਬੀਲਦਾਰੀਆਂ ਠੀਕ ਆ ਨਾ ਕਹਿਣ ਤੂੰ ਪਛਤਾਏਂਗੀ ਮੈਂ ਤੈਨੂੰ ਦੱਸਤੀ ਗੱਲ ਨਹੀਂ ਪਛਤਾਉਂਦੀ ਉਹ ਭਾਬੀ ਪਤਾ ਕੀ ਆ ਇਹਨੂੰ ਆਇਆ ਵੀ ਹੁਣੇ ਇਹਨੇ ਚਾਹੇ ਕਹਿ ਦੂ ਵੀ ਪੈਸੇ ਨਹੀਂ ਲੈਂਦੇ ਅਸੀਂ ਹਾਂ ਵੀ ਡਰ ਡਰਾ ਕੇ ਗਿਆ ਜਾਣ ਕੇ ਡਰਾਬਾ ਦੇ ਕੁਛ ਨਹੀਂ ਕਰਦਾ ਇਹ ਕੱਖ ਇਹਨਾਂ ਦੇ ਰਿਸ਼ਤੇਦਾਰ ਤਕੜੇ ਹੋਣਗੇ ਵਿਆਹ ਦੇਖੇ ਹੋਣਗੇ ਪਤਾ ਹੋਊ ਕਾਹਦਾ ਪਤਾ ਇਹਨਾਂ ਨੂੰ ਚੱਲ ਕੋਈ ਮੈਂ ਵੀ ਫਸ ਗਈ ਇੱਥੇ ਭਾਬੀ ਦੇਖ ਲਾ ਹੁਣ ਤੁਸੀਂ ਮੇਰਾ ਘਰ ਪੱਟੋਗੇ ਦੋਨੇ ਨਹੀਂ ਪੱਟਦੇ ਮੈਂ ਤੈਨੂੰ ਕਦੋਂ ਜਵਾਬ ਦਿੰਨੀ ਆ ਮੈਂ ਤਾਂ ਤੈਨੂੰ ਕਹਿੰਨੀ ਆ 50-60 ਹਜ਼ਾਰ ਦੀ ਜਿੰਨੀ ਤੈਨੂੰ ਲੋੜ ਆ ਆੜਤਾਂ ਦੇ ਫੜ ਲਈ ਜਿੰਨੇ ਕ ਘਰੇ ਹੈਗੇ 13-20 ਹਜ਼ਾਰ ਮੰਡੀ ਵਗ ਜਾਓ ਤੁਸੀਂ ਲਿਆਓ ਕੱਪੜੇ ਲੱਤੇ ਜਿਹੜੀ ਚੀਜ਼ ਦੀ ਲੋੜ ਆ ਲਿਆਓ ਵਿਆਹ ਤਾਂ ਉਹਦਾ ਵਧੀਆ ਦੇਖ ਕੇ ਆਵੇਂ ਆਪਣੀ ਥੂ ਥੂ ਹੋ ਜੂ ਸੱਚੀ ਆ ਲੱਗੂਗਾ ਕਿਆ ਸਪਰੇ ਲੈਣਾ ਮੈਂ ਤਾਂ ਕਹਿੰਦਾ ਪੀ ਲਵੇ ਰੋਜ਼ ਲੜਾਈ ਪਾ ਕੇ ਬਹਿ ਜਾਂਦਾ ਇੱਥੇ ਨਹੀਂ ਪੀਂਦਾ ਉਹ ਤਾਂ ਰੋਜ਼ ਦਾ ਇਹੀ ਕੰਮ ਹੁੰਦਾ ਹੱਥ ਨੇ ਆ ਜਾਊਗਾ ਘਰੇ ਤਾਂ ਮੈਨੂੰ ਪਤਾ ਕਿ ਲੈ ਡਰਾਬੇ ਦਿੰਦਾ ਕੁਝ ਨਹੀਂ ਕਰਦਾ ਚੱਲ ਚੰਗਾ ਫਿਰ ਭਾਬੀ ਚੱਲ ਕੋਈ ਗੱਲ ਨਹੀਂ ਕਰਦੀ ਪੈਸਿਆਂ ਦਾ ਇੰਤਜ਼ਾਮ ਫਿਰ ਅਸੀਂ ਜਾਣਾ ਵੀ ਹੈ ਸ਼ਹਿਰ ਹਾਂ ਹਾਂ ਮੈਂ ਦੇ ਦਿੰਦੀ ਪੈਸੇ ਤਾਂ ਚੱਲ ਮੈਂ ਰੋਟੀ ਬਣਾਵਾਂ ਪਹਿਲਾਂ ਇਹਨਾਂ ਦਾ ਰੋੜਾ ਬਣਾ ਦਿੰਦੇ ਗਏ ਨਹੀਂ ਫਿਰ ਖੇਤ ਉਹ ਬਸ ਜਾਂਦਾ ਨਾ ਤੁਸੀਂ ਆਏ ਕਾ ਤੋਂ ਬੋਲੇ ਸੀ ਜਵਾਕ ਨੂੰ ਓਕੇ ਮੈਂ ਮਰ ਜਾਊਂਗਾ ਤੀਜੇ ਦਿਨ ਹੀ ਤੁਹਾਡਾ ਇਹੀ ਕੰਮ ਹੁੰਦਾ ਫਿਰ ਗਗਨ ਤੁਸੀਂ ਕਿਹੜਾ ਮੇਰੇ ਸਾਰਾ ਟੱਬਰ ਮਾਗਰ ਤੁਰ ਪਏ ਵੀ ਉਹ ਮਰਦਾ ਓ ਪਤਾ ਹੀ ਹੁੰਦਾ ਵੀ ਖੇਤ ਜਾਣਾ ਹੁੰਦਾ ਇਹਨੇ ਉੱਥੇ ਕੰਮ ਕਰਨਾ ਹੁੰਦਾ ਨੌਕਰੀ ਤਾਂ ਇੱਥੋਂ ਲੱਗਿਆ ਨਹੀਂ ਗਿਆ ਜਿਹੜੇ 4 ਕਿੱਲੇ ਜ਼ਮੀਨ ਦੇ ਸਾਂਭਦਾ ਤੂੰ ਉਹਦਾ ਵੀ ਸਾਡੇ ਤੇ ਸਾਨ ਕਰ ਦੇਣਾ ਉਹਦੇ ਜਵਾਬ ਤੇ ਕਰ ਦੇਣਾ ਅਗਲਾ ਕੱਲ ਨੂੰ ਨੌਕਰੀ ਲੱਗ ਜੂਗਾ ਠੀਕ ਆ ਨਾ ਫਿਰ ਆਪਾਂ ਉਹਦੇ ਹੱਥਾਂ ਕੰਨੀ ਝਾਕਿਆ ਕਰਾਂਗੇ ਮੂਹਰੇ ਬੁਢਾਪਾ ਆਉਂਦਾ ਜਵਾਨੀ ਨਹੀਂ ਆਉਂਦੀ ਵੀ ਕਰਕੇ ਖਾ ਲਏਗਾ ਤੂੰ ਐਵੇਂ ਬੋਲਣ ਲੱਗ ਗਿਆ ਨਾ ਨਾਲੇ ਬਹੂ ਨੂੰ ਕਾਹ ਤੂੰ ਬੋਲਣ ਲੱਗ ਗਿਆ ਨਾ ਉਹ ਤੇਰੇ ਭਾਈਆਂ ਦੇ ਥਾਂ ਲੱਗਦੀ ਆ ਛੋਟਾ ਥਾਂ ਤੂੰ ਜੇਠ ਲੱਗਦਾ ਜ਼ਮੀਨ ਹੀ ਚਿਮਕਦਾ ਤੂੰ ਤਾਂ ਬੋਲਦਾ ਉਹਨੂੰ ਵੀ ਸੁਣਾ ਦਿੰਦਾ ਵਿਚਾਰੀ ਨੂੰ ਚੱਲ ਗਗਨ ਤੂੰ ਕੋਈ ਕੰਮ ਕਰ ਲੈ ਯਾਰ ਮੈਂ ਇੱਥੇ ਅਜੇ ਪਿਆਂਗਾ ਚੱਲ ਤੂੰ ਕੋਈ ਕੰਮ ਧੰਦਾ ਕਰ ਲੈ ਦੇਖ ਲੈ ਕਾਲੇ ਨੇ ਕਿੱਡੀ ਗੱਲ ਕਹਿਦੀ ਕਹਿੰਦੀ ਆ ਕਹਿ ਤੂੰ ਮਰ ਜਾ ਕੀ ਨਹੀਂ ਕਰਦੇ ਆਪਾਂ ਉਹਦੇ ਪਿੱਛੇ ਹਨਾ ਉਹਦੇ ਪਿੱਛੇ ਕਰਦੇ ਆ ਚੱਲ ਮੈਂ ਕਹਿਨੀ ਆ ਉਹ ਵੀ ਕਮਲਾ ਜਿਹਾ ਬੋਲਣ ਲੱਗਿਆ ਸੋਚਦਾ ਨੇ ਉਹਨੂੰ ਕਿਹੜਾ ਐ ਲੱਗਦਾ ਤੂੰ ਬਗਾਨਾ ਗਾ ਉਹ ਜਦੋਂ ਭਾਈ ਭਾਈ ਆ ਕੇ ਤੁਸੀਂ ਕਿਹੜਾ 10 ਸਰੀਕਾ ਵਾਂਗੂ ਰਹਿੰਦੇ ਹੋ ਉਹੀ ਗੱਲ ਨਿੱਕੇ ਹੁੰਦੇ ਕਿਹੜਾ ਤੁਸੀਂ ਇੱਕ ਦੂਜੇ ਨੂੰ ਧੱਕੇ ਨਹੀਂ ਦਿੰਦੇ ਸੀ ਕਿ ਕੁੱਟ ਦੇਣੀ ਸੀ ਬਚਪਨ 'ਚ ਉਹੀ ਗੱਲ ਹੋਣਾਂਗੀ ਤੁਹਾਡੀ ਉਹੋ ਜਿਹੇ ਹੋ ਜਾਂਦੇ ਦੂਜੇ ਦਿਨ ਚੱਲ ਕਹਿੰਦਾ ਕੋਈ ਉੱਧਰ ਕਰ ਲੈ ਕੰਮ ਧੰਦਾ ਯਾਰ ਮੈਂ ਤਾਂ ਇੱਥੇ ਬੈਠਾ ਜੇ ਖੇਤ ਜਾਣਾ ਹੋਇਆ ਮੈਂ ਤੈਨੂੰ ਦੱਸ ਦੂੰਗਾ ਠੀਕ ਆ ਕੋਈ ਨਾ ਮੈਂ ਕੰਮ ਧੰਦਾ ਕਰ ਲੈਣੀ ਆ ਕੰਮ ਤਾਂ ਮੈਂ ਸਾਰੇ ਨਿਬੇੜ ਰੱਖਿਆ ਮੈਂ ਤਾਂ ਜਾ ਕੇ ਘੰਟਾ ਆਰਾਮ ਕਰਦੀ ਆ
ਤੇ ਅੱਜ ਉਹਨਾਂ ਨੇ ਐਡੀ ਗੱਲ ਕਹਿਤੀ ਦੇਖ ਲਾ ਮੈਨੂੰ ਪਰਾਇਆ ਕਰਤਾ ਮਿੰਟਾਂ 'ਚ। ਹਾਏ ਜੀ ਨਾ ਸੀਰੀਅਸ ਸੋਚੋ ਤੁਸੀਂ, ਨਾ ਗੱਲ ਲਓ ਉਹਦੀ ਵੀ ਪਰਾਇਆ ਕਰਤਾ ਨਹੀਂ ਕਰਦਾ ਉਹ ਪਰਾਇਆ। ਬਿੰਦ ਝੱਟ ਬੋਲੂਗਾ ਉਹਨਾਂ ਨੇ ਵਿਆਹ ਜਾਣਾ, ਉਹਨਾਂ ਨੂੰ ਚਾਹੀਏ ਇੰਨਾ ਗਾ ਵੀ ਅਸੀਂ ਵਿਆਹ ਜਾ ਕੇ ਆਈਏ, ਤੇ ਆਪਾਂ ਕਿਉਂ ਕਹੀਏ ਵੀ ਨਾ ਜਾਣ। ਕੋਈ ਗੱਲ ਨਹੀਂ ਤੁਸੀਂ ਪੈ ਜਾਓ, ਚੰਗਾ ਰੋਟੀ ਖਾਣੀ ਹੋਈ ਤਾਂ ਮੈਨੂੰ ਆਵਾਜ਼ ਮਾਰ ਦਿਓ, ਚਾਹ ਬਣਾ ਕੇ ਦੇਵਾਂ ਪੁੱਟ। ਨਹੀਂ ਨਹੀਂ ਬਸ ਮੈਨੂੰ ਕਹਿਣ ਦੀ ਲੋੜ ਨਹੀਂ, ਚੱਲ ਠੀਕ ਆ ਤੁਸੀਂ ਫਿਰ ਲੱਸੀ ਲਿਆ ਦਿੰਦੀ ਆ। ਨਹੀਂ ਨਹੀਂ ਬਸ ਮੈਂ ਪੈਣਾ ਜਾਂ ਦਾ। ਚੱਲ ਪੈ ਜਾ ਫਿਰ, ਜੋ ਜੀ ਕੀਤਾ ਅੱਜ ਮੈਂ ਵੀ ਸਵਾਦ ਚ ਪੈਣੀ ਆ ਘੰਟਾ। ਚੱਲ ਠੀਕ ਆ ਚੱਲ ਚੱਲ ਮਣਾ ਬਾਹਰ ਲੱਗਦਾ ਯਾਰ ਇਹ ਰੋ ਰੋ ਦੀ ਕਿਚ ਕਿਚ ਮਕਾਈ ਨਾ ਦੀ ਯਾਰ ਜੇ ਫਾਹਾ ਲਈ ਲਈ ਯਾਰ ਇਹਨੇ ਰੋ ਰੋ ਦੇ ਕਲੇਸ਼ ਨਾਲ ਯਾਰ ਨਿਬੜ ਜਾਂਦੇ ਕੰਮ ਯਾਰ। ਚੱਲ ਯਾਰ ਮਨਾ ਕੋਈ ਗੱਲ ਨਹੀਂ, ਇਹਨਾਂ ਦਾ ਵੀ ਰਾਂਝਾ ਰਾਜੀ ਹੋ ਜਾਊ, ਨਾਲੇ ਕਾਲੇ ਦਾ ਮਨ ਖੁਸ਼ ਹੋ ਜਾਊ। ਕਰਦੇ ਕਰਦੇ ਬਾਈ ਨੇ ਨਾ ਫਾਹਾ ਲੈ ਲਿਆ ਦੀਦੀ ਛੇਤੀ। ਹਾਏ ਮੈਂ ਮਰ ਜਾ ਵੇ ਕਾਣੇ ਕਿੱਤੇ ਆ ਤੂੰ ਆ ਜਾ ਵੱਟੇ ਰੇ ਆਪਾਂ ਦਾ ਵੀਰੇ ਉੱਠ ਜਾ ਇੱਕ ਵਾਰੀ ਮੈਥੋਂ ਗਲਤੀ ਹੋ ਗਈ ਵੀਰੇ ਪਾਪੀ ਮੈਨੂੰ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਵੀਰੇ ਸੱਚੀ ਸੁਸਾਈਡ ਕਰ ਲੂਗਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਾਪੀ ਬਸ ਇੱਕ ਵਾਰੀ ਵੀਰੇ ਆ ਜਾ ਵਾਪਸ ਕਦੇ ਗਏ ਵੀ ਵਾਪਸ ਆਇਆ ਕਮਰਿਆਂ ਗੱਲਾਂ ਕੀ ਕਰਦਾ ਧੰਨਵਾਦ ਸਤਿ ਸ਼੍ਰੀ ਅਕਾਲ।